ਮੈਂ ਸਿਵਲ ਮੈਟਰਨ ਸਿਵਲ ਹਸਪੀਟਲ ਪਠਾਨਕੋਟ ਮੈਂ ਦੱਸਣਾ ਚਾਹੁੰਦੀ ਹਾਂ ਕਿ ਡਾਕਟਰ ਖੇਮਰਾਜ ਵੱਲੋਂ ਜਿਹੜੇ ਅਲਟਰਾਸਾਊਂਡ ਡਿਪਾਰਟਮੈਂਟਸ ਨੇ ਉਹਨਾਂ ਨੇ ਮੇਰੀ ਨਰਸਿੰਗ ਸਿਸਟਰ ਦੇ ਨਾਲ ਅਤੇ ਮੇਰੇ ਨਾਲ ਬਹੁਤ ਜ਼ਿਆਦਾ ਮਿਸਬਿਹੇਵ ਕੀਤਾ ਜਦੋਂ ਕਿ ਉੱਥੇ ਇੱਕ ਕਲਾਸ 4 ਸਾਡੇ ਕੋਲ ਪਤਾ ਹੀ ਹੈ ਸਾਰਿਆਂ ਨੂੰ ਕਿ ਸਾਡੇ ਕੋਲ ਬਹੁਤ ਜ਼ਿਆਦਾ ਸਟਾਫ ਦੀ ਕਮੀ ਆ ਅਤੇ ਅਸੀਂ ਸਟਾਫ ਦੀ ਇੱਧਰ ਉੱਧਰ ਡਿਊਟੀ ਲਗਾਉਣੀ ਪੈਂਦੀ ਆ ਕਿਉਂਕਿ ਅਸੀਂ ਹੋਸਪਿਟਲ ਦੇ ਇੰਚਾਰਜ ਹੋਣ ਕਰਕੇ ਸਾਨੂੰ ਥੋੜ੍ਹੇ ਥੋੜ੍ਹੇ ਟਾਈਮ ਲਈ ਕੁਛ ਕੋਈ ਨਾ ਕੋਈ ਸਟਾਫ ਇੱਧਰ ਉੱਧਰ ਪਾਉਣਾ ਪੈਂਦਾ ਅਸੀਂ ਬੇਬੀ ਨੂੰ ਕਿਹਾ ਕਿ ਬੇਬੀ ਕਲਾਸ 4 ਆ ਉੱਥੇ ਆਊਟਸੋਰਸ ਦੀ ਅਸੀਂ ਉਹਨੂੰ ਕਿਹਾ ਕਿ ਤੂੰ 10 ਮਿੰਟ ਲਈ ਐਕਸਰੇ ਡਿਪਾਰਟਮੈਂਟ ਦੇ ਵਿੱਚ ਡਸਟਿੰਗ ਕਰ ਰਿਹਾ ਉਹਨੇ ਆਪਣਾ ਫੋਨ ਡਾਕਟਰ ਖੇਮਰਾਜ ਨੂੰ ਦੇ ਦਿੱਤਾ ਡਾਕਟਰ ਖੇਮਰਾਜ ਨੇ ਨਰਸਿੰਗ ਸਿਸਟਰ ਸੁਦੇਸ਼ ਦਾ ਫੋਨ ਜਦੋਂ ਚੱਕਿਆ ਤੇ ਉਹਨਾਂ ਨੇ ਉਹਨੂੰ ਕਿਹਾ ਕਿ ਤੂੰ ਇਹ ਕਦੀ ਕਿਤੇ ਡਿਊਟੀਆਂ ਲਗਾ ਦਿੰਦੀ ਆ ਤੇਰਾ ਕੀ ਇਰਾਦਾ ਵਾ ਤੂੰ ਬਹੁਤ ਜ਼ਿਆਦਾ ਤੰਗ ਕਰਦੀ ਆ ਫਲਾਣ ਇਹ ਬਹੁਤ ਜ਼ਿਆਦਾ ਗਲਤ ਬੋਲੇ ਤੇ ਇੱਥੋਂ ਤੱਕ ਬੋਲ ਦਿੱਤਾ ਕਿ ਤੈਨੂੰ ਮੈਂ ਤੇਰੇ ਇੱਥੇ ਆਣ ਕੇ ਮੂੰਹ ਤੇ ਥੱਪੜ ਮਾਰਨੇ ਨੇ ਜਦੋਂ ਕਿ ਅਸੀਂ ਆਪਣੀ ਕੰਪਲੇਨ ਲੈ ਕੇ ਜਦੋਂ SMO ਸਾਹਿਬ ਕੋਲ ਗਏ ਵੀ ਸਰ ਇਹ ਬਹੁਤ ਜ਼ਿਆਦਾ ਉਹਨਾਂ ਨੇ ਰੂਡਲੀ ਬੋਲਿਆ ਕਿ ਤੇਰੇ ਥੱਪੜ ਮਾਰ ਦੇਣੇ ਨੇ ਤੁਸੀਂ ਉਸ ਤਰ੍ਹਾਂ ਉਹਨੇ ਅੱਗੋਂ ਕਿਹਾ ਸਰ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਬੋਲ ਸਕਦੇ ਤੁਸੀਂ ਕਿਉਂ ਬੋਲ ਮੈਂ ਹੋਸਪਿਟਲ ਲਈ ਕਰ ਰਹੀ ਹਾਂ ਸਾਰਾ ਕੁਛ ਅਸੀਂ SMO ਸਾਹਿਬ ਕੋਲੋਂ ਕੰਪਲੇਨ ਲੈ ਕੇ ਗਏ ਹਾਂ ਅਤੇ ਅਸੀਂ ਉੱਥੇ ਬੈਠੇ ਹੋਏ ਹਾਂ ਅਤੇ ਉਹਨਾਂ ਨੂੰ ਡਾਕਟਰ ਸਾਹਿਬ ਆ ਗਏ ਨੇ ਅੰਦਰ ਅਤੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਤੂੰ ਤੂੰ ਕਰਕੇ ਮੈਨੂੰ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਸਰ ਕਹਿੰਦੇ ਕਿ ਤੂੰ ਇਸ ਤਰ੍ਹਾਂ ਨਹੀਂ ਬੋਲ ਸਕਦਾ ਨਰਸ ਮੈਟਰਨ ਨੂੰ ਤੂੰ ਇਹ ਗਲਤ ਬਿਹੇਵ ਕਰ ਰਿਹਾ ਵਾਂ ਤੂੰ ਮਾਫ਼ੀ ਮੰਗ ਬਟ ਉਹ ਆਪਣੀ ਗੱਲ 'ਤੇ ਅੜੇ ਰਹੇ ਕਿ ਮੈਂ ਇਸ ਤਰ੍ਹਾਂ ਹੀ ਕਰਨਾ ਮੈਂ ਨਹੀਂ ਇਸ ਤੋਂ ਪਹਿਲਾਂ ਵੀ ਸਾਡੇ ਸਾਰੇ ਕਈ ਸਟਾਫ ਨਰਸਸ ਦੇ ਨਾਲ ਜਾਂ ਹੋਰ ਸਾਡੇ ਸਟਾਫ ਦੇ ਫੀਮੇਲ ਸਟਾਫ ਦੇ ਨਾਲ ਇਹਨਾਂ ਦਾ ਵਿਹਾਰ ਬਹੁਤ ਗਲਤ ਹੈ ਔਰ ਬਹੁਤ ਰੂਡਲੀ ਬੋਲਦੇ ਨੇ ਗਾਲਾਂ ਤੱਕ ਕੱਢਦੇ ਨੇ ਸਾਨੂੰ ਲੇਡੀਜ਼ ਨੂੰ ਜਦੋਂ ਕਿ ਹੁਣ ਅਸੀਂ ਆਪਣੇ ਹਾਈ ਅਥਾਰਟੀ ਨੂੰ ਲਿਖ ਕੇ ਦਿੱਤਾ ਇਹਨਾਂ ਦੇ ਖਿਲਾਫ ਜੇ ਇਹ 2 ਦਿਨ ਦੇ ਵਿੱਚ ਐਕਸ਼ਨ ਨਹੀਂ ਲੈਂਦੇ ਇਹਨਾਂ ਦੇ ਖਿਲਾਫ ਕੋਈ ਤੇ ਅਸੀਂ ਆਪਣੀ ਫੁੱਲ ਡੇ ਐਮਰਜੈਂਸੀ ਵੀ ਬੰਦ ਕਰਕੇ ਫੁੱਲ ਡੇ ਅਸੀਂ ਸਟ੍ਰਾਈਕ ਤੇ ਆ ਜਾਵਾਂਗੇ ਸਾਡੇ ਨਰਸਿੰਗ ਸਟਾਫ ਵੱਲੋਂ ਸਾਡੇ ਮੇਟਨ ਮੈਡਮ ਵੱਲੋਂ ਸਾਡੇ ਜਿਹੜੇ ਨਰਸਿੰਗ ਸਿਸਟਰ ਹੈਗੇ ਆ ਉਹਨਾਂ ਵੱਲੋਂ ਇੱਕ ਡਾਕਟਰ ਦੇ ਖਿਲਾਫ ਸਾਨੂੰ ਅੱਜ ਕੰਪਲੇਂਟ ਦਿੱਤੀ ਗਈ ਹੈਗੀ ਹੈ ਕਿ ਡਾਕਟਰ ਨੇ ਉਹਨਾਂ ਦੇ ਅਗੇਂਸਟ ਮਿਸਬਿਹੇਵ ਕੀਤਾ ਹੈਗਾ ਹੈ ਇਹ ਜਿਹੜੀ ਕੰਪਲੇਂਟ ਸਾਨੂੰ ਮੇਟਨ ਵੱਲੋਂ ਅਤੇ ਨਰਸਿੰਗ ਸਿਸਟਰ ਵੱਲੋਂ ਅਲੱਗ ਅਲੱਗ ਰਿਸੀਵ ਹੋਈ ਹੈਗੀ ਹੈ ਇਹਦੇ ਵਿੱਚ ਅਸੀਂ ਇਹਨੂੰ ਬਹੁਤ ਸੀਰੀਅਸਲੀ ਲਿਆ ਹੈਗਾ ਹੈ ਅਤੇ ਇਹਦੇ ਵਿੱਚ ਮੈਂ 3 ਡਾਕਟਰਸ ਦੀ ਜਿਹੜੀ ਕਮੇਟੀ ਮੈਂ ਬਣਾ ਦਿੱਤੀ ਗਈ ਹੈ ਅਤੇ ਇਸ ਦੀ ਜੋ ਵੀ ਜਾਂਚ ਨਿਸ਼ਪਕਸ਼ ਜਾਂਚ ਹੋਏਗੀ ਅਤੇ ਮੈਂ ਤੁਹਾਨੂੰ ਇਸ ਗੱਲ ਰਾਹੀਂ ਆਪਣੇ ਨਰਸਿੰਗ ਸਿਸਟਰ ਨੂੰ ਆਪਣੇ ਮੇਟਨ ਮੈਡਮ ਨੂੰ ਆਪਣੀ ਨਰਸਿੰਗ ਸਟਾਫ ਨੂੰ ਮੈਂ ਇਹ ਜ਼ੋਰ ਦੇ ਕੇ ਮੈਂ ਕਹਿਣਾ ਚਾਹੁੰਦਾ ਹੈਗਾ ਕਿ ਕਿਸੇ ਵੀ ਕਿਸਮ ਦੀ ਜਿਹੜੀ ਹੈਗੀ ਹੈ ਉਹ ਜਿਹੜੀ ਟੋਲਰੇਟ ਨਹੀਂ ਕੀਤੀ ਜਾਏਗੀ ਬਦਤਮੀਜ਼ੀ ਅਤੇ ਜੇ ਜੋ ਵੀ ਦੋਸ਼ੀ ਜੇ ਡਾਕਟਰ ਸਾਹਿਬ ਦੋਸ਼ੀ ਪਾਏ ਜਾਣਗੇ ਅਤੇ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਏ ਸਰ ਸਟਾਫ ਦਾ ਇਹ ਵੀ ਕਹਿਣਾ ਹੈ ਕਿ ਡਾਕਟਰ ਵੱਲੋਂ ਕਈ ਵਾਰ ਉਹਨਾਂ ਗਾਲੀ ਗਲੋਚ ਵੀ ਕੀਤੀ ਗਈ ਹੈ ਹਜੇ ਤੱਕ ਇਸ ਨੂੰ ਸੀਰੀਅਸ ਵੀ ਕੋਈ ਨਹੀਂ ਪਹਿਲੇ ਰਿਟਨ ਕੰਪਲੀਟ ਸਾਡੇ ਕੋਲ ਅੱਜ ਪਹਿਲੀ ਵਾਰੀ ਆਈ ਹੈਗੀ ਹੈ ਪਹਿਲੇ ਕਦੇ ਵੀ ਸਾਡੇ ਕੋਲ ਰਿਟਨ ਕੰਪਲੀਟ ਨਹੀਂ ਆਈ ਸੀਗੀ ਉਸ ਗੱਲ ਨੂੰ ਵੀ ਜਿਹੜਾ ਹੈਗਾ ਅਸੀਂ ਕੰਸੀਡਰ ਕਰ ਲਾਂਗੇ ਕਿ ਪਹਿਲੇ ਵੀ ਜੋ ਬਦਤਮੀਜ਼ੀ ਡਾਕਟਰ ਸਾਹਿਬ ਨੇ ਜੇ ਕੀਤੀ ਹੋਏਗੀ ਉਹ ਵੀ ਜਿਹੜੀ ਕਮੇਟੀ ਹੈਗੀ ਹੈ ਉਸ ਦੀ ਜਾਂਚ ਕਰ ਲਏਗੀ ਅਤੇ ਜਾਂਚ ਕਮੇਟੀ ਜੋ ਵੀ ਆਪਣੀ ਰਿਪੋਰਟ ਦੇਗੀ ਉਹਦੇ ਅਕੋਰਡਿੰਗਲੀ ਅਸੀਂ ਸਖ਼ਤ ਤੋਂ ਸਖ਼ਤ ਐਕਸ਼ਨ ਜਿਹੜਾ ਹੈਗਾ ਬੰਦੀ ਕਾਰਵਾਈ ਕੀਤੀ ਜਾਏਗੀ